ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਕਿਵੇਂ ਹੋ ਜੀ ਤੁਸੀਂ ਸਾਰੇ? ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ, ਅਤੇ ਅਸੀਂ ਵੀ ਠੀਕ ਠਾਕ ਹਾਂ ਜੀ। ਇਹ ਸੀਗੇ ਜੀ ਆਪਾਂ ਰਸੋਈ 'ਚ, ਇਹ ਮੱਖਣੀ ਤੱਤੀ ਧਰੀ ਹੋਈ ਸੀ ਆਪਣੀ, ਅੱਧੀ ਕੁ ਹੋ ਗਈ ਸੀ, ਹਜੇ ਰਹਿੰਦੀ ਸੀ, ਆਪਾਂ ਉਹਨੂੰ ਬਾਅਦ 'ਚ ਧਰ ਦਾਂਗੇ। ਅਤੇ ਪਹਿਲਾਂ ਆਪਾਂ ਬਣਾਉਂਦੇ ਹਾਂ ਜੀ ਦੇਗ। ਅੱਜ ਦਸਵੀਂ ਦਾ ਦਿਹਾੜਾ ਸੀ, ਮੱਥਾ ਟੇਕਣਾ ਸੀਗਾ। ਅਤੇ ਉੱਧਰ ਧਰੀ ਹੋਈ ਜੀ ਆਪਣੀ ਲੌਕੀ ਦੀ ਸਬਜ਼ੀ, ਅੱਲਾਂ ਕਹਿ ਦਿੰਦੇ ਹਾਂ ਜੀ ਅਸੀਂ ਤਾਂ, ਕੱਚੀਆਂ ਕੱਚੀਆਂ ਸੀਗੀਆਂ ਜੀ, ਘਰੋਂ ਹੀ ਤੋੜੀਆਂ ਹੋਈਆਂ ਆਪਣੀਆਂ, ਬਿਲਕੁਲ ਹੀ ਕੱਚੀਆਂ ਸੀਗੀਆਂ, ਘਰੋਂ ਤੋੜੀਆਂ ਆਪਾਂ। ਉਹਨੂੰ ਤੜਕਾ ਲਾ ਦਿੱਤਾ ਸੀ ਆਪਾਂ ਉੱਧਰ। ਅਤੇ ਇੱਧਰ ਆਪਾਂ ਬਣਾ ਲਿਆ ਹੈ ਜੀ ਦੇਗ। ਜਿਹੜੇ ਭੈਣ ਭਰਾ ਆਪਾਂ ਨੂੰ ਸਪੋਰਟ ਕਰਦੇ ਜੀ ਆਪਣੇ ਚੈਨਲ 'ਤੇ ਆਉਂਦੇ ਨੇ, ਸਾਰਿਆਂ ਦਾ ਧੰਨਵਾਦ ਹੈ ਜੀ ਦਿਲ ਤੋਂ। ਅਸੀਂ ਸਪੋਰਟ ਕਰਦੇ ਰਹੋ ਜੀ, ਪਿਆਰ ਬਣਾਈ ਰੱਖਿਓ ਆਪਣਾ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਤਾਂ ਕਿ ਆਪਣੇ ਬਣ ਕੇ ਹੋ ਜਾਣ, ਜਲਦੀ ਜਲਦੀ ਕਰਵਾ ਦਿਓ ਜੀ ਆਪਣੇ ਬਣ ਕੇ। ਅਤੇ ਬਹੁਤ ਟਾਈਮ ਤਾਂ ਅਜੇ ਬਹੁਤ ਘੱਟ ਹੈ ਜੀ ਆਪਣਾ, ਆਪਾਂ ਲਾਈਵ ਨਹੀਂ ਆਉਂਦੇ, ਵੀਡੀਓ ਪਾਉਂਦੇ ਹਾਂ ਇਕੱਲੀ। ਅਤੇ ਪਿਛਲੀਆਂ ਵੀਡੀਓ ਜੀ ਪਹਿਲਾਂ ਵਿੱਚ ਦੀ ਹਟ ਗਈ ਸੀ ਵੀਡੀਓ ਪਾਉਣ, ਪਿਛਲਾ ਬਹੁਤ ਟਾਈਮ ਖਤਮ ਹੋ ਗਿਆ ਜੀ, ਅਤੇ ਹੁਣ ਦੁਬਾਰਾ ਤੋਂ ਕਰਨਾ ਪੈਣਾ ਆਪਾਂ ਨੂੰ। ਤੁਹਾਡੇ ਸਾਥ ਅਤੇ ਸਪੋਰਟ ਦੀ ਜ਼ਰੂਰਤ ਹੈ, ਵੱਧ ਤੋਂ ਵੱਧ ਸਪੋਰਟ ਕਰਿਓ ਜੀ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਇਹ ਬਣਾ ਰਹੇ ਹਾਂ ਜੀ ਦੇਗ ਆਪਾਂ, ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਦੇਗ ਦੀ ਆਪਣੀ। ਦੇਗ ਬਣ ਕੇ ਤਿਆਰ ਹੈ ਜੀ ਆਪਣੀ, ਬਿਲਕੁਲ ਕੜਾਹੀ ਛੱਡ ਦਿੱਤੀ ਹੈ ਇਹਨੇ, ਅਤੇ ਘਿਓ ਵੀ ਉੱਪਰ ਆ ਗਿਆ। ਹੁਣ ਆਪਾਂ ਸਮਾਨ ਪਾ ਕੇ ਤਿਆਰ ਕਰ ਦਾਂਗੇ ਜੀ ਮੱਥਾ ਟੇਕਣ ਵਾਲਾ। ਦੋ ਥਾਵੇਂ ਮੱਥਾ ਟੇਕਦਾ ਜੀ ਸਾਡੇ, ਇੱਕ ਖੇਤ ਟੇਕਦਾ, ਇੱਕ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਹੈ, ਉਹ ਦੂਜੇ ਪਿੰਡ ਜਾਣਾ ਪੈਂਦਾ ਜੀ, ਉੱਥੇ ਟੇਕ ਕੇ ਆਵਾਂਗੇ। ਇਹ ਦੇਗ ਪਾ ਦੇਵਾਂਗੇ ਜੀ, ਥੋੜ੍ਹੀ ਜਿਹੀ ਬਣਾਈ ਸੀਗੀ ਜੀ, ਜ਼ਿਆਦਾ ਨਹੀਂ ਖਾਂਦਾ ਕੋਈ, ਜਿੰਨੀ ਆਪਾਂ ਉੱਥੇ ਭੇਜਾਂਗੇ ਜੀ, ਉੱਥੋਂ ਬਾਬਾ ਜੀ ਫੇਰ ਵਾਪਸ ਇਹ 'ਚੋਂ ਕੱਢ ਲੈਂਦੇ ਨੇ ਜੀ, ਹੋਰ ਪਾ ਦਿੰਦੇ ਨੇ, ਵਾਪਸ ਮੁੜੇ ਆਉਂਦੀ ਹੈ ਜੀ ਡੱਬਾ ਭਰ ਕੇ।
ਇਹ ਦੋ ਜੋਤਾਂ ਤਿਆਰ ਕਰ ਲਈਆਂ ਸੀ ਆਪਾਂ। ਇੱਧਰ ਮੇਰਾ ਧਿਆਨ ਜੋਤਾਂ ਵੱਲ ਹੋ ਗਿਆ ਜੀ, ਅਤੇ ਥੋੜ੍ਹੀ ਜਿਹੀ ਮੱਖਣੀ ਉੱਬਲ ਗਈ ਆਪਣੀ, ਫਿਰ ਮੈਂ ਗੈਸ ਬੰਦ ਕਰ ਦਿੱਤਾ ਸੀ। ਸਬਜ਼ੀ ਬਣ ਰਹੀ ਹੈ ਜੀ ਆਪਣੀ, ਕੱਚੀਆਂ ਅੱਲਾਂ ਕਰਕੇ ਜੀ। ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਇਆ ਸੀ ਇਹਦੇ ਵਿੱਚ, ਉਹਨਾਂ ਨੇ ਆਪਣਾ ਹੀ ਪਾਣੀ ਛੱਡ ਦਿੱਤਾ ਜੀ, ਬਹੁਤ ਪਾਣੀ ਛੱਡ ਦਿੱਤਾ ਸੀਗਾ ਜੀ। ਅਤੇ ਹੁਣ ਆਪਾਂ ਮੱਖਣੀ ਨੂੰ ਸਾਈਡ 'ਤੇ ਕਰਕੇ ਦੁੱਧ ਧਰ ਲਾਂਗੇ ਜੀ ਉਬਾਲੀ ਆਉਣ ਲਈ। ਇੱਥੇ ਖੜ੍ਹੇ ਖੜ੍ਹੇ ਆਪਣੇ ਦੁੱਧ ਨੂੰ ਵੀ ਉਬਾਲੀ ਆ ਜੂਗੀ, ਨਾਲੇ ਸਬਜ਼ੀ ਬਣ ਜੂ। ਇਹ ਚੱਕ ਦਿੱਤੀ ਹੈ ਜੀ ਪਲੇਟ, ਆਪਾਂ ਮੱਖਣੀ ਨਿਕਲ ਗਈ ਸੀ, ਗੈਸ ਆਪਾਂ ਬਾਅਦ 'ਚ ਸਾਫ਼ ਕਰਦੇ ਹਾਂ। ਕੰਮ ਖਤਮ ਕਰਕੇ ਠੰਡਾ ਹੋ ਜੂਗਾ ਗੈਸ, ਫਿਰ ਚੰਗੀ ਤਰ੍ਹਾਂ ਸਾਫ਼ ਹੋ ਜੂਗਾ। ਇਹ ਦੁੱਧ ਨੂੰ ਉਬਾਲੀ ਦੇ ਲਾਂਗੇ ਜੀ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਜੀ, ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਆਪਣੀ ਸਾਥ ਆਪਣਾ ਸਾਥ ਅਤੇ ਸਪੋਰਟ ਬਣਾਈ ਰੱਖਣਾ ਜੀ। ਇਹ ਦੇਖੋ ਜੀ ਆਪਣੀ ਸਬਜ਼ੀ ਰਿੱਝ ਰਹੀ ਹੈ, ਕਿੰਨਾ ਪਾਣੀ ਛੱਡ ਦਿੱਤਾ ਇਹਨੇ। ਹੁਣ ਆਪਾਂ ਉਹਦੇ ਉੱਤੇ ਢੱਕਣ ਲਾ ਦਿੱਤਾ ਸਬਜ਼ੀ ਤੋਂ, ਅਤੇ ਗੈਸ ਤੇਜ਼ ਕਰਕੇ ਥੋੜ੍ਹਾ ਟਾਈਮ ਇਹਨੂੰ ਪਕਾ ਲਾਂਗੇ ਆਪਾਂ, ਹੋਰ ਪਾਣੀ ਮੱਚ ਜੂਗਾ ਇਹਦਾ ਤਾਂ। ਅਤੇ ਇੱਧਰ ਆਪਾਂ ਗੁੰਨ ਲਾਂਗੇ ਜੀ ਆਟਾ, ਨਾਲ ਨਾਲ ਸਾਰੇ ਕੰਮ ਖਤਮ ਹੋ ਜਾਣਗੇ ਆਪਣੇ। ਆਟਾ ਗੁੰਨ ਕੇ ਰੱਖ ਦਾਂਗੇ ਸੈੱਟ ਹੋਣ ਲਈ। ਦਸ 15 ਮਿੰਟ ਰੱਖ ਦਿੰਦੇ ਹੁੰਦੇ ਜੀ ਆਟਾ ਗੁੰਨ ਕੇ ਆਪਾਂ, ਸੈੱਟ ਹੋ ਜਾਂਦਾ ਚੰਗੀ ਤਰ੍ਹਾਂ, ਉਹਦੀ ਕਣੀ ਮਰ ਜਾਂਦੀ ਹੈ। ਰੋਟੀਆਂ ਬਹੁਤ ਵਧੀਆ ਆਉਂਦੀਆਂ ਨੇ ਜੀ ਫਿਰ, ਜੇ ਤਾਜ਼ਾ ਗੁੰਨ ਕੇ ਲੱਗਦੇ ਰੋਟੀ ਆਪਾਂ, ਫਿਰ ਰੋਟੀਆਂ ਵਧੀਆ ਨਹੀਂ ਆਉਂਦੀਆਂ ਜੀ, ਕੰਢੇ ਤਿੜੇ ਜਿਹੇ ਆਉਂਦੇ ਨੇ, ਟੁੱਟੇ ਜਿਹੇ ਆਲੇ ਦੁਆਲੇ। ਅਤੇ ਕੁਛ ਪਿਆ ਸੀਗਾ ਸਵੇਰ ਦਾ ਆਟਾ ਆਪਣੇ ਕੋਲ ਥੋੜ੍ਹਾ ਜਿਹਾ, ਉਹ ਵਿੱਚ ਪਾ ਲਾਂਗੇ ਆਪਾਂ ਇਹਦੇ। ਕਦੇ ਕਦੇ ਜੇ ਵੱਜ ਜਾਂਦਾ ਜੀ, ਨਹੀਂ ਤਾਂ ਆਪਾਂ ਤਾਜ਼ਾ ਆਟਾ ਗੁੰਨਦੇ ਹੁੰਦੇ ਹਰ ਟਾਈਮ, ਕਦੇ ਦੋ ਪੇੜੇ ਵੱਜ ਜਾਂਦੇ ਨੇ। ਇਹ ਗੁੰਨ ਕੇ ਆਪਾਂ ਰੱਖ ਦੇਵਾਂਗੇ, ਉਨੇ ਟਾਈਮ 'ਚ ਆਪਣੇ ਇੱਧਰ ਦੁੱਧ ਨੂੰ ਉਬਾਲੀ ਆ ਜੂ, ਨਾਲੇ ਸਬਜ਼ੀ ਬਣ ਜੂਗੀ ਜੀ। ਬਹੁਤ ਵਧੀਆ ਬਣੀ ਹੈ ਜੀ ਸਬਜ਼ੀ, ਬਿਲਕੁਲ ਹੀ ਘੁਲ ਗਈਆਂ ਅੱਲਾਂ, ਕੱਚੀਆਂ ਹੋਣ ਕਰਕੇ।